ਪੂਰੇ ਪੰਜਾਬ 'ਚ ਜਿੱਥੇ ਡੇਂਗੂ ਦਾ ਕਹਿਰ ਜਾਰੀ ਹੈ, ਉੱਥੇ ਹੀ ਖੰਨਾ 'ਚ ਵੀ ਡੇਂਗੂ ਕਾਰਨ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਡੇਂਗੂ ਨਾਲ ਪਿਛਲੇ ਕੁਝ ਦਿਨਾਂ ਵਿੱਚ ਹੀ 4 ਮੌਤਾਂ ਹੋ ਚੁੱਕੀਆਂ ਨੇ। ਬਸੰਤ ਨਗਰ 'ਚ 2 ਨੌਜਵਾਨਾਂ ਸਮੇਤ 1 ਲੜਕੀ ਦੀ ਮੌਤ ਹੋ ਗਈ ਹੈ, ਜਿਨ੍ਹਾਂ ਵਿੱਚੋਂ 1 ਨੌਜਵਾਨ ਦੇ ਵਿਆਹ ਨੂੰ ਸਿਰਫ 3 ਮਹੀਨੇ ਹੋਏ ਸੀ। ਸਥਾਨਕ ਲੋਕਾਂ ਦੁਆਰਾ ਇਹ ਸਭ ਸਿਹਤ ਵਿਭਾਗ ਅਤੇ ਨਗਰ ਕੌਂਸਲ ਦੀ ਲਾਪਰਵਾਹੀ ਦਾ ਨਤੀਜਾ ਦੱਸਿਆ ਜਾ ਰਿਹਾ। ਮੁਹੱਲਾ ਨਿਵਾਸੀਆਂ ਨੇ ਸਿਹਤ ਵਿਭਾਗ ਅਤੇ ਨਗਰ ਕੌਂਸਲ ਨੂੰ ਇਹਨਾਂ ਮੌਤਾਂ ਲਈ ਜ਼ਿੰਮੇਵਾਰ ਠਹਿਰਾਇਆ। ਭਾਂਜਾ ਸੀ ਇਹ ਮੁੰਡਾ, ਅਤੇ ਇਹ 19 ਤਰੀਕ ਨੂੰ ਬਿਮਾਰ ਹੋਇਆ ਇਹ ਰਾਤ ਨੂੰ, ਅਤੇ ਉਹ ਤੋਂ ਬਾਅਦ ਇਹ ਮਤਲਬ ਇੱਕ ਵਾਰ ਇਹਨੂੰ ਦਵਾਈ ਲੈ ਕੇ ਆਇਆ ਕਿਸ ਤੋਂ ਘਰ, ਅਤੇ ਉਹ ਤੋਂ ਬਾਅਦ ਇਹਦੀ ਰਿਪੋਰਟ ਕਰਾਈ ਦੂਸਰੇ ਦਿਨ। ਉਹਦੇ 'ਚ ਸੈੱਲ ਆਏ ਇਹਦੇ 1,03,000, ਅਤੇ 1,03,000 ਤਾਂ ਲੋਕਲ ਇੱਥੋਂ ਡਿਪ ਲਾ ਲਈ ਜੀ ਲੋਕਲ ਡਾਕਟਰ ਤੋਂ। ਉਹਦੇ ਨਾਲ ਮਤਲਬ ਇਹਨੂੰ ਕਾਂਬੇ ਦਾ ਬੁਖਾਰ ਚੜ੍ਹ ਗਿਆ ਰਾਤ ਨੂੰ 7 ਵਜੇ। ਹਾਂਜੀ, 7 ਵਜੇ ਤੋਂ ਬਾਅਦ ਫਿਰ ਇਹਨੂੰ ਇੱਥੇ ਲੇਡੀ ਹੋਸਪਿਟਲ ਆ ਸਤਪਾਲ ਜੀ ਨਵੇਂ ਖੁੱਲ੍ਹਿਆ, ਅਤੇ ਉਹਦੇ ਵਿੱਚ ਐਡਮਿਟ ਕਰਾਇਆ। ਐਡਮਿਟ ਕਰਾਇਆ ਅਤੇ ਉੱਥੇ ਰਾਤ ਨੂੰ ਇਹਨੂੰ ਉਲਟੀਆਂ ਲੱਗ ਗਈਆਂ ਜੀ, ਉਲਟੀਆਂ ਨਹੀਂ ਹੱਟੀਆਂ ਇਹਦੀਆਂ। ਉਹ ਤੋਂ ਬਾਅਦ ਇਹਨੂੰ ਦਵਾਈ ਉਹਨਾਂ ਨੇ ਉਲਟੀਆਂ ਦੀ ਦਿੱਤੀ, ਪਰ ਉਹਦੇ ਨਾਲ ਵੀ ਕੰਟਰੋਲ ਨਹੀਂ ਹੋਈ। ਉਹ ਤੋਂ ਬਾਅਦ ਫਿਰ ਉਹਨਾਂ ਨੇ ਇੱਕ ਟੀਕਾ ਲਾਇਆ, ਉਹਦੇ ਨਾਲ ਚਲੋ ਇਹਨੂੰ ਨੀਂਦ ਆ ਗਈ, ਪਰ ਇਹਨੂੰ ਛਾਲੀਆਂ ਆਉਂਦੀਆਂ ਰਹੀਆਂ। ਮੌਤ ਇਹਦੀ ਹੋਈ ਹੈ DMC 'ਚ ਜਾ ਕੇ ਜੀ। ਉੱਥੇ ਡਾਕਟਰਾਂ ਦੇ ਮੁਤਾਬਕ ਸੈੱਲ ਤਾਂ ਜ਼ਿਆਦਾ ਸੀ ਜੀ, ਪਰ ਇੱਥੇ ਹੋਸਪਿਟਲ ਦੇ ਵਿੱਚ ਇਹਨੂੰ ਅਟੈਕ ਆ ਗਿਆ ਸੀਗਾ ਬ੍ਰੇਨ 'ਤੇ ਸੈੱਲ ਘਟਣ ਕਾਰਨ। 36,000 ਸੈੱਲ ਰਹਿ ਗਏ ਸੀ ਇਹਦੇ ਇੱਥੇ। ਸਾਡੇ ਇਲਾਕੇ 'ਚ 3 ਮੌਤਾਂ ਹੋ ਚੁੱਕੀਆਂ ਨੇ ਜੀ, ਕੋਈ ਫੋਗ ਵਗੈਰਾ ਕੋਈ ਨਹੀਂ ਇੱਥੇ। ਹਰ ਘਰ 'ਚ ਇੱਕ ਇੱਕ ਮੈਂਬਰ ਬਿਮਾਰ ਪਿਆ ਜੀ ਇੱਥੇ ਘਰ 'ਚ। ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਘੱਟੋ ਘੱਟ ਡੇਂਗੂ ਦਾ ਜਿਹੜਾ ਦਿਨ 'ਚ ਹੁੰਦੇ ਨੇ ਇਹਨਾਂ 'ਚ ਘੱਟੋ ਘੱਟ ਬੰਦੇ ਨੂੰ, ਬੱਚੇ ਵੀ ਬਹੁਤ ਬਿਮਾਰ ਪਏ ਨੇ ਜੀ। ਜੀ ਇੱਥੇ ਕੋਈ ਪ੍ਰਸ਼ਾਸਨ ਅਧਿਕਾਰੀ ਕੋਈ ਨਹੀਂ ਪਹੁੰਚਿਆ। ਅਸੀਂ ਪ੍ਰਸ਼ਾਸਨ ਅਧਿਕਾਰੀਆਂ ਤੋਂ ਮੰਗ ਕਰਦੇ ਹਾਂ ਕਿ ਜੋ ਇਹ ਡੇਂਗੂ ਦੀ ਬਿਮਾਰੀਆਂ ਦੇ ਕਾਰਨ ਮੌਤਾਂ ਹੋ ਰਹੀਆਂ ਨੇ, ਇਹਨਾਂ ਦਾ ਕੋਈ ਹੱਲ ਕੀਤਾ ਜਾਵੇ, ਸਫਾਈ ਦਾ ਹੱਲ ਕੀਤਾ ਜਾਵੇ। ਅਤੇ ਬਹੁਤ ਮਾੜੀ ਗੱਲ ਹੈ ਜੀ, ਹੁਣ 2-3 ਮੌਤਾਂ ਹੋ ਗਈਆਂ, ਔਰ ਹੋਰ ਵੀ ਬਹੁਤ ਸਾਰੇ ਬਿਮਾਰ ਪਏ ਨੇ। ਦੀ ਉਮਰ ਸੀਗੀ ਜੀ, 3 ਮਹੀਨੇ ਪਹਿਲਾਂ ਉਸਦੀ ਮੈਰਿਜ ਹੋਈ ਹੈ ਜੀ, ਅਤੇ 2-3 ਦਿਨ ਬਿਮਾਰ ਹੋਏ ਨੇ ਜੀ ਇਹ। 2-3 ਦਿਨ ਦੇ ਵਿੱਚ ਵਿੱਚ ਇਹਨਾਂ ਦੀ ਮੌਤ ਹੋ ਗਈ ਜੀ। ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ ਵੀ ਜੋ ਸਫਾਈ ਦਾ ਇਹ ਜੋ ਵੀ ਹੈ ਤਾਂ ਇਹਦਾ ਵੱਲ ਧਿਆਨ ਦੇਣਾ ਚਾਹੀਦਾ। ਇਲਾਕੇ ਵਿੱਚ ਫੈਲੇ ਡੇਂਗੂ ਨੇ ਸਿਹਤ ਵਿਭਾਗ ਅਤੇ ਨਗਰ ਕੌਂਸਲ 'ਚ ਆਪਸੀ ਤਾਲਮੇਲ ਦੀ ਪੋਲ ਵੀ ਖੋਲ੍ਹ ਦਿੱਤੀ ਹੈ। ਜਿੱਥੇ SMO ਦਾਅਵਾ ਕਰ ਰਹੇ ਨੇ ਕਿ ਡੇਂਗੂ ਦਾ ਕਹਿਰ ਨਹੀਂ ਹੈ, ਉੱਥੇ ਹੀ ਨਗਰ ਕੌਂਸਲ ਦੇ EO ਦਾ ਮੰਨਣਾ ਹੈ ਕਿ ਇਸ ਵਾਰ ਡੇਂਗੂ ਦਾ ਕਹਿਰ ਜ਼ਿਆਦਾ ਹੈ। ਸਿਵਲ ਹਸਪਤਾਲ 'ਚ ਸਫਾਈ ਨਾ ਹੋਣ 'ਤੇ SMO ਨੇ ਕਿਹਾ ਕਿ ਥੋੜ੍ਹੀ ਬਹੁਤ ਗੰਦਗੀ ਤਾਂ ਫੈਲੀ ਹੀ ਰਹਿੰਦੀ ਹੈ। ਆਪਾਂ ਗੱਲ ਕਰੀਏ ਡੇਂਗੂ ਦੀ ਨਾ, ਡੇਂਗੂ ਵਾਲਾ ਮੱਛਰ ਜਿਹੜਾ ਪੈਦਾ ਹੁੰਦਾ ਨਾ, ਇਹ ਸਾਫ਼ ਪਾਣੀ 'ਚ ਪੈਦਾ ਹੁੰਦਾ। ਸਾਫ਼ ਪਾਣੀ ਮਤਲਬ ਜਿਵੇਂ ਕੂਲਰਾਂ ਦੇ ਵਿੱਚ ਪਾਣੀ ਖੜ੍ਹਾ ਹੈ, ਗਮਲੇ ਦੇ ਵਿੱਚ ਪਾਣੀ ਖੜ੍ਹਾ, ਛੱਤ ਦੇ ਉੱਤੇ ਕੋਈ ਭਾਂਡਾ ਪਿਆ ਜਾਂ ਕੋਈ ਪੁਰਾਣਾ ਟਾਇਰ ਪਿਆ ਜਾਂ ਕੋਈ ਹੋਰ ਖਰਾਬ ਚੀਜ਼ ਪਈ ਹੈ ਜਿਹਦੇ 'ਚ ਪਾਣੀ ਇਕੱਠਾ ਹੋ ਜਾਂਦਾ, ਉਹ ਹੈ। ਈਵਨ ਕਿਨਲੇ ਜਾਂ ਕੋਕਾਕੋਲਾ ਦੀ ਜਿਹੜੀ ਬੋਟਲ ਦਾ ਕੈਪ ਹੁੰਦਾ ਉਹਦੇ ਵਿੱਚ ਵੀ ਇਹ ਆਪਣੇ ਲਾਰਵਾ ਦੇ ਦਿੰਦਾ, ਔਰ ਪਸੰਦ ਕਰਦਾ ਥੋੜ੍ਹੀ ਥਾਂ ਦੇ ਵਿੱਚ ਸਾਫ਼ ਪਾਣੀ ਦੇ ਵਿੱਚ ਇਹ ਲਾਰਵਾ ਪੈਦਾ ਹੁੰਦਾ। ਇਹਦੀ ਜਿਹੜੀ ਪੈਦਾਇਸ਼ ਹੈ ਨਾ ਉਹ ਆਪਾਂ ਆਪਣੇ ਘਰਾਂ 'ਚੋਂ ਆ, ਇਸ ਕਰਕੇ ਤਾਂ ਹੀ ਮੈਂ ਬੇਨਤੀ ਲੋਕਾਂ ਨੂੰ ਵਾਰ ਵਾਰ ਇਹੀ ਕਹਿ ਰਿਹਾ ਤੁਹਾਡੇ ਰਾਹੀਂ ਵੀ ਆਪਣੇ ਆਲੇ ਦੁਆਲੇ ਨੂੰ ਥੋੜ੍ਹਾ ਜਿਹਾ ਇੰਟਰਨਲੀ ਚੈੱਕ ਕਰ ਲਈਏ। ਬਾਹਰੋਂ ਤਾਂ ਚਲੋ ਅਸੀਂ ਕਰ ਹੀ ਰਹੇ ਹਾਂ, ਹੁਣ ਜੇ ਪਾਣੀ ਦੇ ਕਿਤੇ ਕੋਈ ਪਰਟੀਕੁਲਰ ਏਰੀਆ ਦੇ ਵਿੱਚ ਜੇ ਪਾਣੀ ਦੀ ਹੁੰਦੀ ਹੈ ਸੈਚੁਰੇਸ਼ਨ, ਅਸੀਂ ਉਸ ਦੇ ਉੱਤੇ ਫਿਰ ਦੂਜੇ ਉਹਨਾਂ ਨਾਲ ਛਿੜਕਾਅ ਕਰਾਉਂਦੇ ਹਾਂ, ਅਤੇ ਹੁਣ ਵੀ ਜੇ ਕੋਈ ਪਰਟੀਕੁਲਰ ਤੁਹਾਡੇ ਕੋਈ ਨਿਗਾਹ 'ਚ ਏਰੀਆ ਹੈਗਾ ਤਾਂ ਉੱਥੇ ਕਰਵਾ ਦਿੰਦੇ ਹਾਂ। ਜਿਹੜੇ ਕੀਟਾਣੂ ਆ ਮੱਛਰ ਦੇ ਵਿੱਚ ਪਾਏ ਜਾਂਦੇ ਆ, ਔਰ ਮੱਛਰ ਅੱਗੋਂ ਮਰੀਜ਼ ਤੋਂ ਮਰੀਜ਼ ਨੂੰ ਫੈਲਾਉਂਦਾ, ਅਤੇ ਹੁਣ ਆਪਾਂ ਡੈਂਗੀ ਤੋਂ ਬਚਣ ਵਾਸਤੇ 2 ਹਿੱਲੇ ਬੇਸਿਕਲੀ ਕਰ ਸਕਦੇ ਹਾਂ। ਇੱਕ ਤਾਂ ਆਪਾਂ ਮੱਛਰ ਨੂੰ ਵਧਣ ਫੁੱਲਣ ਨਾ ਦਈਏ,
ਦੂਜੀ ਚੀਜ਼ ਆਪਾਂ ਆਪਣੇ ਆਪ ਨੂੰ ਮੱਛਰ ਦੇ ਕੱਟਣ ਤੋਂ ਬਚਾਈਏ, ਅਤੇ ਜਿਹੜਾ ਆਪਾਂ ਮੱਛਰ ਨੂੰ ਵਧਣ ਫੁੱਲਣ ਨਾ ਦਈਏ ਉਹਦੇ ਲਈ ਜੋ ਮੱਛਰ ਨੂੰ ਇਨਵਾਇਰਮੈਂਟ ਚਾਹੀਦਾ ਉਹ ਖਤਮ ਕਰੀਏ। ਮੱਛਰ ਨੂੰ ਪੈਦਾ ਹੋਣ ਵਾਸਤੇ ਪਾਣੀ ਚਾਹੀਦਾ ਰੁਕਿਆ ਹੋਇਆ, ਜਿਹੜਾ ਸਾਫ਼ ਪਾਣੀ ਹੋਵੇ, ਜਿੱਥੇ ਵੀ ਕਿਤੇ ਉਹਨੂੰ ਮਿਲੇਗਾ ਉੱਥੇ ਉਹਨੇ ਆਪਣੀ ਪੈਦਾਵਾਰ ਸ਼ੁਰੂ ਕਰ ਦੇਣੀ ਹੈ। ਇਸ ਕਰਕੇ ਕੋਈ ਟੈਂਕੀਆਂ ਦੇ ਢੱਕਣ ਖੁੱਲ੍ਹੇ, ਕੋਈ ਬਾਲਟੀ 'ਚ ਪਿਆ, ਕੋਈ ਟਾਇਰਾਂ 'ਚ ਪਾਣੀ ਪਿਆ, ਕੋਈ ਕੋਠੇ 'ਤੇ ਕੋਈ ਬਰਤਨ ਪਿਆ ਹੁੰਦਾ, ਕੋਈ ਬਾਊਲ ਪਏ ਹੈ, ਕੂਲਰ ਹੈ, ਫਰਿੱਜਾਂ ਦੀਆਂ ਟਰੇਆਂ, ਜਿਹੜੀਆਂ ਕਿ ਜਿੱਥੇ ਪਾਣੀ ਪਿਆ ਹੀ ਰਹਿੰਦਾ, ਉਹ ਕਾਫੀ ਵੱਡਾ ਸੋਰਸ ਹੁੰਦਾ ਜਿਹਦੇ 'ਚ ਮੱਛਰ। ਸਪੋਕਸਮੈਨ ਟੀਵੀ ਦੇ ਲਈ ਖੰਨਾ ਤੋਂ ਕਰਵਿੰਦਰ ਢਿੱਲੋਂ ਦੀ ਰਿਪੋਰਟ।